ਪਾਰਟੀ ਨਹੀਂ ਹੈਗੀ ਵੀ ਅਸੀਂ ਇੱਥੇ ਆਪਣੀਆਂ ਕੋਠੀਆਂ ਬਣਾ ਲੈਣੀਆਂ ਆਪਣੀਆਂ ਜ਼ਮੀਨਾਂ ਬਣਾ ਲੈਣੀਆਂ ਸ਼ਾਮ ਲਾਟਾਂ ਦੇ ਕਬਜ਼ੇ ਕਰ ਲੈਣੇ ਸਾਰੀ ਉਹ ਪਾਰਟੀ ਹੈ ਪਿੰਡਾਂ ਦੇ ਵਿੱਚ ਰਹੂਗੀ ਲੋਕਾਂ ਦੇ ਕੰਮ ਕਰਾਉਂਗੇ ਧਾਨੇ ਪਿੰਡ ਵਾਲੇ ਵਾਸੀ 3 400 ਵੋਟਾਂ ਹੋਣਗੀ ਦੀ ਇਹਨਾਂ ਨੇ ਕਿ ਤੁਕੜ 8 10 ਕਿਲੋਮੀਟਰ ਅੱਗੇ ਜਾ ਕੇ ਗੱਲਬਾਤ ਕਰਦੇ ਆ ਕੋਈ ਦੁੱਖ ਸੁੱਖ ਭੁੱਲਦੇ ਆ ਧਾਨੇ ਜਿਹੜੇ ਰਹਿਣੇ ਵਾਲੇ ਐਲਾਨ ਤੋਂ ਉਹ ਸਰਕਾਰਾਂ ਤੇ ਜਿਨ੍ਹਾਂ ਨੇ ਪਿੰਡ ਦੀ ਸਹਾਰ ਨਹੀਂ ਲਈ ਹੈ ਅੱਜ 2022 ਚੱਲਦਾ ਜਦੋਂ ਪਾਣੀ ਆ ਜਾਂਦਾ ਤੁਹਾਨੂੰ ਪਤਾ ਪਹਾੜਾਂ ਦਾ ਪਾਣੀ ਚੱਲਿਆ ਹੁੰਦਾ ਹੈ ਅੱਧਾ ਪਿੰਡਾ ਇੱਧਰ ਰਹਿ ਜਾਂਦਾ ਉੱਧਰ ਰਹਿ ਜਾਂਦਾ ਨਹੀਂ ਇਹ ਵੀ ਹੁੰਦਾ ਸੀ ਸਰਵੇ ਕਰਕੇ ਵਰਕ ਸ਼ੁਰੂ ਕਰਾਉਣਾ ਦਲਵਿੰਦਰ ਜੀ ਨੇ ਦੱਸਿਆ ਵੀ ਨਾਲ ਦੀ ਨਾਲ ਅਸੀਂ ਮਹੀਨੇ 'ਚ ਇੱਕ ਦੋ ਵਾਰੀ ਗੇੜੇ ਵੀ ਮਾਰਨੇ ਵੀ ਕੰਮ ਕਿਵੇਂ ਚੱਲਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਹੁਮਤ ਦੇ ਨਾਲ 92 ਸੀਟਾਂ ਜਿਹੜੀਆਂ ਜਿੱਤ ਕੇ ਪੰਜਾਬ ਦੀ ਸੱਤਾ ਦੇ ਵਿੱਚ ਆਈਆਂ ਨੇ ਪਰ ਦੂਜੇ ਪਾਸੇ ਦੱਸ ਦਿੰਦੇ ਆ ਕਿ ਜੋ ਪੰਜਾਬ ਸਰਕਾਰ ਵੱਲੋਂ ਵਾਅਦੇ ਕੀਤੇ ਹੋਏ ਸੀ ਤਾਂ ਹੁਣ ਵਾਅਦੇ ਪੂਰੇ ਹੁੰਦੇ ਨਜ਼ਰ ਆ ਰਹੇ ਨੇ ਤੇ ਹਲਕਾ ਖਰੜਦਾਈ ਕੋ ਪਿੰਡ ਜਿਹੜਾ ਸ਼왈ਕ ਦੀ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਸੀ ਉਸ ਦੀ ਗੋਦ ਦੇ ਵਿੱਚ ਵਸਿਆ ਹੋਇਆ ਸੀ ਤਾਂ ਉੱਥੇ ਐਮਐਲ ਨੇ ਮੋਲਗਨ ਮਾਨ ਨੇ ਜਿੱਤਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਹੋਇਆ ਸੀ ਕਿ ਉਸ ਪਿੰਡ ਦੇ ਵਿੱਚ ਜੋ 3 ਕਿਲੋਮੀਟਰ ਦਾ ਕੱਚਾ ਰਸਤਾ ਪੱਕਾ ਕਰਨ ਦਾ ਵਾਅਦਾ ਸੀ ਦੂਜੇ ਪਾਸੇ ਇੱਕ ਪੁਲੀ ਜਿਹੜੀ ਲੱਗਣੀ ਸੀ ਉਸ ਪੁਲ ਦਾ ਕੰਮ ਵੀ ਜਿਹੜਾ ਕਰਵਾਉਣ ਵਾਸਤੇ ਵਾਅਦਾ ਕੀਤਾ ਸੀ ਤੇ ਨਾਲ ਦੀ ਨਾਲ ਇੱਕ ਹੋਰ ਮੰਗ ਸੀ ਇਸ ਪਿੰਡ ਦੀ ਕਿ ਇਸ ਪਿੰਡ ਦੇ ਵਿੱਚ ਨੈੱਟਵਰਕ ਨਹੀਂ ਆਉਂਦੇ ਤਾਂ ਉਸ ਵਾਸਤੇ ਟਾਵਰ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਬੱਚਿਆਂ ਦੀ ਜਿਹੜੀ ਆਨਲਾਈਨ ਪੜ੍ਹਾਈ ਚੱਲਦੀ ਹੈ ਤਾਂ ਉਸ ਪੜ੍ਹਾਈ ਦੇ ਕਾਰਨ ਵੀ ਜਿਹੜਾ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪੈ ਰਹੇ ਨੁਕਸਾਨ ਹੋ ਰਹੇ ਉਸ ਚੀਜ਼ ਦਾ ਤਾਂ ਇਸ ਨੂੰ ਲੈ ਕੇ ਦੇਖੋ ਕਿ ਤਸਵੀਰ ਤੁਹਾਨੂੰ ਖਾਣ ਜਾਣਿਆ ਕਿ ਇਹ ਜਿਹੜੀ ਪੁਲੀ ਹੈ ਇਸ ਪੁਲੀ ਨੂੰ ਲਵਾਉਣ ਵਾਸਤੇ ਜਿਹੜਾ ਐਮਐਲਏ ਨਮੋਲਗਨ ਮਾਨ ਵੱਲੋਂ ਕਿਹਾ ਗਿਆ ਸੀ ਤੇ ਅੱਜ ਐਮਐਲਏ ਨਮੋਲਗਨ ਮਾਨ ਵੱਲੋਂ ਇੱਕ ਆਪਣੀ ਟੀਮ ਭੇਜੀ ਗਈ ਹੈ ਬੈਣੀਪਾਲ ਗਰੁੱਪ ਤਾਂ ਇਹ ਜਾਇਜ਼ਾ ਲੈਣ ਆਏ ਨੇ ਤਾਂ 3 ਕਿਲੋਮੀਟਰ ਦਾ ਜਿਹੜਾ ਹਿਮਾਚਲ ਨੂੰ ਟੱਚ ਕਰਨਾ ਰਸਤਾ ਉਹ ਤੇ ਨਾਲ ਦੀ ਨਾਲ ਇਹ ਪੁਲੀ ਜਿਹੜੀ ਲੱਗਣੀ ਨੇ ਤੇ ਦੂਜੇ ਪਾਸੇ ਇੱਕ ਟਾਬਰ ਇਹ ਤਿੰਨ ਸਮੱਸਿਆਵਾਂ ਜਿਹੜੀਆਂ ਮੇਜਰ ਸੀ ਤਾਂ ਇਹ ਜਦੋਂ ਸਮੱਸਿਆ ਐਮਐਲਏ ਨਮੋਲਗਨ ਮਾਨ ਦੇ ਧਿਆਨ ਦੇ ਵਿੱਚ ਮੁਰ ਤੋਂ ਆਈਆਂ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੀ ਟੀਮ ਨੂੰ ਭੇਜਿਆ ਕਿ ਜਾਇਜ਼ਾ ਲੈਣ ਵਾਸਤੇ ਤਾਂ ਇਸ ਨੂੰ ਲੈ ਕੇ ਤਸਵੀਰ ਦਿਖਾ ਦਿੰਨੀ ਆ ਬੈਣੀਪਾਲ ਗਰੁੱਪ ਵੀ ਨਾਲ ਹੈ ਪਿੰਡ ਨਿਵਾਸੀ ਵੀ ਇੱਥੇ ਨਾਲ ਨੇ ਤੇ ਪਹਿਲਾਂ ਉਹਨਾਂ ਪੁੱਛ ਲੈਣੇ ਬੈਣੀਪਾਲ ਜੀ ਅੱਜ ਤੁਹਾਨੂੰ ਐਮਐਲਏ ਨਮੋਲਗਨ ਮਾਨ ਨੇ ਦੱਸਿਆ ਜਾ ਰਿਹਾ ਹੈ ਕਿ ਭੇਜਿਆ ਜਾਇਜ਼ਾ ਲੈਣ ਵਾਸਤੇ ਕਿਹੜੇ ਕਿਹੜੇ ਤਿੰਨ ਕੰਮ ਸੀ ਵੈਸੇ ਮੈਂ ਦੱਸ ਵੀ ਤੇ ਤੁਸੀਂ ਦੱਸ ਦੋ ਕਿਹੜੇ ਕੰਮ ਸੀ ਅਸੀਂ ਬੈਣੀਪਾਲ ਗਰੁੱਪ ਪਾਰਟੀ ਵੱਲੋਂ ਅਸੀਂ ਚਾ ਲੈਚਨ ਵਿੱਚ ਉਰੇ ਆਏ ਆ ਪਿੰਡ ਵਾਲਿਆਂ ਨੇ ਸਾਨੂੰ ਸਮੱਸਿਆ ਦੱਸੀਆਂ ᱛੀਆਂ ਵੀ ਸਾਡਾ ਇੱਕ ਤਾਂ ਜਦੋਂ ਬਾਰਸ ਹੋ ਜਾਂਦੀ ਇਹਦਾ ਰਾਹ ਪਤਾ ਟੁੱਟ ਜਾਂਦਾ ਪਿੰਡ ਨਾਲੋਂ ਫਿਰ ਲੰਗਣ ਦੀ ਨੂੰ ਬਹੁਤ ਪਾਣੀ ਆਉਂਦਾ ਔਰ ਸਕੂਲ ਨੂੰ ਜਾਣਾ ਬੱਚਿਆਂ ਨਾਲ ਉਹਨਾਂ ਨੂੰ ਔਖਾ ਇੱਕ ਟਾਵਰ ਦੀ ਅਸੀਂ ਐਮਐਲਏ ਦੇ ਧਿਆਨ ਵਿੱਚ ਲਿਆਂਦੇ ਆ ਲੈਸ਼ਨ ਦੇ ਵਿੱਚ ਉਹਨਾਂ ਨੇ ਫਿਰ ਹੁਣ ਸਾਨੂੰ ਭਰੋਸਾ ਦੇ ਆ ਵੀ ਤੁਸੀਂ ਜਾ ਕੇ ਜਾਜਾ ਲੈ ਲਓ ਫਿਰ ਥੋੜੇ ਦਿਨ ਮੈਂ ਇਹਦਾ ਟੈਂਡਰ ਟੁੰਡਰ ਹੋ ਕੇ ਇਹਦਾ ਕੰਮ ਚਲਾ ਦੇਣਾ ਪੁਲੀ ਦਾ ਟਾਵਰ ਦੀ ਬਹੁਤ ਵੱਡੀ ਪ੍ਰੋਬਲਮ ਸੀ ਇੱਥੇ ਟਾਵਰ ਲੱਗੇਗਾ ਉਹਨਾਂ ਦਿਨਾਂ ਚ ਟਾਵਰ ਲੱਗੂਗਾ ਟਾਵਰ ਦੀ ਪੂਰੀ ਆਪਣੀ ਗੱਲ ਹੋ ਗਈ ਹਾਂ ਆਪਣੇ ਉਹਦੇ ਨਾਲ ਕੰਪਨੀਆਂ ਨਾਲ ਉਹ ਕਹਿੰਦੇ ਅਸੀਂ ਫਿਰ ਟਾਵਰ ਜਲਦੀ ਲਾਉਣ ਦੀ ਇਹਨਾਂ ਦੀ ਕੋਈ ਜਗ੍ਹਾ ਚਾਹੀਦੀ ਉਹਨਾਂ ਨੂੰ ਠੇਕੇਬਾ ਕਰਾਇਬਰ ਲੰਨੇ ਆ ਉਹ ਲਾ ਕੇ ਟਾਵਰ ਥੋੜੇ ਦਿਨਾਂ ਮਾ ਆਪਣਾ ਚਾਲੂ ਹੋ ਜਾਊਗਾ ਪਰ ਕਿਵੇਂ ਦੇਖਦੋ ਕਿ ਪਹਿਲੀਆਂ ਵੀ ਸਰਕਾਰਾਂ ਬਹੁਤ ਆਈਆਂ ਨੇ ਪਰ ਇਹ ਪਿੰਡ ਮੈਨੂੰ ਲੱਗਦਾ ਕਿਸੇ ਨੂੰ ਪਤਾ ਹੋਊਗਾ ਤਾਰਾਪੁਰ ਮੱਝ ਦੀ ਪਿੰਡ ਹੈ ਤਾਰਾਪੁਰ ਤੋਂ ਅੱਗੇ ਜਾ ਕੇ ਹੈ ਨਾ ਇਸ ਪਿੰਡ ਤੋਂ ਵੀ ਅਸੀਂ ਵੀ ਪਹਿਲੀ ਵਾਰ ਆਏ ਆ ਪਰ ਦੂਜੇ ਪਾਸੇ ਐਮਐਲਏ ਜਿਹੜੇ ਬਣ ਕੇ ਚਲੇ ਜਾਂਦੇ ਸੀ ਪਰ ਅੱਜ ਪਹਿਲੀ ਵਾਰ ਹੋਇਆ ਹੈ ਲੋਕਾਂ ਵੱਲੋਂ ਜਿਹੜੀਆਂ ਅੱਜ ਦੇਖਿਆ ਜਾ ਰਿਹਾ ਹੈ ਕਿ ਤੁਹਾਨੂੰ ਦੇਖ ਕੇ ਨਾ ਹੀ ਖੁਸ਼ੀ ਮਹਿਸੂਸ ਹੋਈ ਹੈ ਕੀ ਕਿਤੇ ਨਾ ਕਿਤੇ ਜਾਇਜਾ ਲੈਣ ਵਾਸਤੇ ਤਾਂ ਆਏ ਨੇ ਸਾਡੇ ਪਿੰਡ ਦਾ ਕੀ ਕਹੂੰਗਾ ਸਾਨੂੰ ਤਾਂ ਉਹ ਜਿਆਦਾ ਆਇਆ ਕਹਿੰਦੇ ਬਈ ਇੱਕ ਵਾਰੀ ਸਾਨੂੰ ਤਾਂ ਵੋਟਾਂ ਨੂੰ ਕਹਿੰਦੇ ਵੋਟਾਂ ਪਾ ਕੇ ਮੁੜ ਕੇ 5 ਸਾਲ ਤਾਂ ਲੱਜਦੇ ਨਹੀਂ ਆ ਕੋਈ ਕੋਈ ਵੀ ਲੀਡਰ ਹੁਣ ਤੱਕ ਆਇਆ 70 70 ਸਾਲਾਂ ਮਾ ਇੱਕ ਕਈ ਪੁਲੀ ਤੇ ਬਾਅਦ 3 3-4 ਕਿਲੋਮੀਟਰ ਦੀ ਸੜਕ ਹੈ ਹਿਮਾਚਲ ਨੂੰ ਉਹਦਾ ਰਵਤਾ ਹੋ ਜਾਣਾ ਇਹਨਾਂ ਦਾ ਆਉਣ ਜਾਣ ਦਾ ਉਹ ਵੀ ਸੜਕ ਨਾਲ ਦੀ ਨਾਲ ਟੈਂਡਰ ਹੋਊਗਾ ਸੜਕ ਦਾ ਐਮਐਲਏ ਦੇ ਧਿਆਨ ਵਿੱਚ ਸਾਰੀ ਸ਼ੀ ਧਿਆਨ ਵਿੱਚ ਲਿਆਂਦੀ ਵੀ ਗੱਲ ਸੇਤ ਹੀ ਕੋਈ ਇਹਦਾ ਟੈਂਡਰ ਹੋ ਕੇ ਨਾਲ ਦੀ ਨਾਲ ਸੜਕ ਬਣ ਜੂਗੀ ਇਹ ਪੁਲੀ ਬਣਨੀ ਹੈ ਅਸੀਂ ਹਰੇ 2 ਮਹੀਨੇ ਬਾਅਦ ਵੀ ਪਿੰਡ ਗੇੜਾ ਮਾਰੂਗੇ ਪਿੰਡਾਂ ਦੀ ਸਮੱਸਿਆ ਉਹ ਪਾਰਟੀ ਨਹੀਂ ਹੈਗੀ ਵੀ ਅਸੀਂ ਇੱਥੇ ਆਪਣੀਆਂ ਕੋਠੀਆਂ ਬਣਾ ਲੈਣੀਆਂ ਆਪਣੀਆਂ ਜ਼ਮੀਨਾਂ ਬਣਾ ਲੈਣੀਆਂ ਸ਼ਾਮ ਲਾਟਾਂ ਦੇ ਕਬਜ਼ੇ ਕਰ ਲੈਣੇ ਸਾਰੀ ਉਹ ਪਾਰਟੀ ਹੈ ਪਿੰਡਾਂ ਦੇ ਵਿੱਚ ਰਹੂਗੀ ਲੋਕਾਂ ਦੇ ਕੰਮ ਕਰਾਉਂਗੇ ਬਾਕੀ ਲੜਾਈ ਝਗੜੇ ਦੇ ਵਿੱਚ ਅਸੀਂ ਬੋਤਾ ਨਹੀਂ ਆਉਣਾ ਚਾਹੁੰਦੇ ਕਿਹੜਾ ਲੜਾਈਆਂ ਕਰ ਲੈਣੇ ਲੜਾਈ ਵਾਲਾ ਦੀ ਫੋਨ ਕੱਟ ਕਰਨਾ ਹੈ ਅਜੇ ਲੋਕਾਂ ਦਾ ਪਿਆਰ ਵਧਾਉਣਾ ਪਿੰਡਾਂ ਦੇ ਵਿੱਚ ਵੀ ਪਾਰਟੀ ਨੇ ਗਰੁੱਪ ਬਣਾਏ ਤੇ ਕਾਂਗਰਸ ਕਾਲੀ ਕੰਗਰਕ ਕਾਲੀ ਜਾਂ ਕਾਲੀਆਂ ਦੇ ਕੰਗਰਸ ਪਰਚੇ ਜਾਂ ਦੂਆਿਆਂ ਦੇ ਦੂਆ ਪਰਚੇ ਅਸੀਂ ਉਹ ਪਿੰਡਾਂ ਦੇ ਵਿੱਚ ਜਮ ਨਹੀਂ ਲਿਆਉਂਗੇ ਇਹਨੇ ਦੇ ਪੁੜੀ ਦੇਖੋ ਪਿੰਡ ਉੱਪਰ ਹੈ ਕਿੰਨੇ ਘਰ ਹੈ ਘਰ ਕਿੰਨੇ ਹੋ ਗਏ 20 40 ਤੋਂ ਹੋਏ 40 ਘਰ ਹੈ 40 ਘਰ ਜਬਾਰਸ ਹੁੰਦੀ ਇਧਰੋਂ ਆਉਣ ਜਾਣ ਦਾ ਰਾਹ ਤੇ ਟੁੱਟ ਜਾਂਦਾ ਵੀ ਇਹ ਸਰਕਾਰਾਂ 75 ਸਾਲਾਂ ਮੈਂ ਕਰਦੀਆਂ ਕਹਿੰਦੇ ਵੀ ਇੱਕ ਪੁੜੀ ਕਿੰਨਾ ਖਰਚਾ ਹੈ ਸਰਕਾਰ ਬਹਤਾ ਕੋਈ ਖਰਚਾ ਨਹੀਂ ਹੈ ਇਹ ਪਿੰਡਾਂ ਕਿ ਨਹੀਂ ਕੋਈ ਬੰਦਾ ਧਿਆਨ ਨਹੀਂ ਦਿੰਦਾ ਔਰ ਕਾਂਗਰਸ ਦੇ ਐਮਐਲਏ ਬਣ ਲੈ ਉਹਰੇ ਕਾਲੀਆਂ ਦੇ ਐਮਐਲਏ ਬਣ ਲੈ ਹੁਣ ਤੱਕ ਇਹਨਾਂ ਦਾ ਕੁਛ ਇਹ ਪਿੰਡਾਂ ਦਾ ਹੁੰਦੇ ਨਹੀਂ ਅਸੀਂ ਜਰੂਰ ਪੂਰੀ ਸੜਕ ਥੋੜੇ ਦਿਨ ਮਾਜਾ ਕੰਮ ਟੈਂਡਰ ਹੋ ਕੇ ਕੰਮ ਚਲਾ ਦੋਗੇ ਬਿਲਕੁਲ ਬਹੁਤ ਵੱਡੀ ਗੱਲ ਹੈ ਪਿੰਡ ਨਿਵਾਸੀ ਵੀ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੰਨੇ ਘਰ ਨੇ ਇੱਥੇ ਪਿੰਡ ਦੇ ਵਿੱਚ 40 ਘਰ ਨੇ 40 ਘਰ ਇਹ ਜਿਹੜੀ ਸਮੱਸਿਆ ਪੁਲੀ ਦੀ ਐ ਚਾਹ ਤਾਬਰ ਦੀ ਐ ਚਾਹ 3 ਕਿਲੋ ਦਾ ਕਿੰਨੇ ਕ ਲੰਬੇ ਦਿਨ ਤੁਸੀਂ ਇਹ ਇਹ ਹੁਣ ਟਾਈਮ ਹੋ ਗਿਆ ਕਾਫੀ ਯਾਰ ਚਾਹ ਕਦੀ ਕੋਈ ਆ ਬੰਦਿਆ ਨਹੀਂ ਕੋਈ ਮੁੜ ਕੇ ਤਾਂ ਪੁੱਛਦੇ ਆਇਆ ਕੋਈ ਜਿਤਨੇ ਤੋਂ ਬਾਅਦ ਅੱਜ ਤੱਕ ਕੋਈ ਨਹੀਂ ਜਦ ਤੋਂ ਮੁੜ ਕੇ ਕੋਈ ਨਹੀਂ ਆਇਆ ਅੱਜ ਇਹਨਾਂ ਦੀ ਟੀਮ ਪਹੁੰਚੀ ਐ ਆਮ ਆਦੀ ਪਾਰਟੀ ਦੀ ਸਰਕਾਰ ਦੀ ਤਾਂ ਕੀ ਕਹੋਗੇ ਤੁਸੀਂ ਅੱਜ ਪਹਿਲੀ ਵਾਰ ਹੋਈ ਖੁਸ਼ੀ ਕਿ ਜਿਤਨੇ ਤੋਂ ਬਾਅਦ ਕੋਈ ਆਇਆ ਹਾਂ ਫਿਰ ਇਹ ਗੱਲ ਹੋਈ ਦੀ ਜੋ ਕਹੇਗੇ ਉਹ ਬਹਿਦਾ ਪੂਰਾ ਕਰਨ ਆਇਆ ਬਣਾ ਕਰਨ ਆਇਆ ਹਾਂਜੀ ਕੁਛ ਹੁੰਦੇ ਕਿ ਅੱਜ ਆਮ ਆਦੀ ਪਾਰਟੀ ਦੇ ਕੰਮ ਕਰਨ ਤੇ ਬੱਚਿਆਂ ਨੂੰ ਕਿੰਨੀ ਮੁਸ਼ਕਲ ਹੁੰਦੀ ਸੀ ਜਿਵੇਂ ਫੋਨ ਤੇ ਨੈਟਵਰਕ ਨਹੀਂ ਆਉਂਦਾ ਜਿਹੜੇ ਪਾਰ ਕਰਦੇ ਪਾਰ ਵਾਲੀ ਵਾਰ ਵਾਲੀ ਵਾਰ ਨਹੀਂ ਜਾਂਦੀ ਫਿਰ ਅੱਛਾ ਇਹ ਹੈਗਾ ਬਿਲਕੁਲ ਬਾਈ ਜੀ ਕੀ ਕਹੋਗੇ ਤੁਹਾਡੇ ਪਿੰਡ ਦੇ ਵਿੱਚ ਆ ਜਾ ਜਾ ਹੋ ਰਿਹਾ ਹੈ ਕਿ ਜਿਹੜੇ ਤਿੰਨ ਕੰਮ ਨੇ ਮੁੱਖ 3 ਕਿਲੋਮੀਟਰ ਦਾ ਰੋਡ ਹੈ ਤੇ ਨਾਲ ਦੀ ਨਾਲ ਪੁਲੀ ਹੈ ਤੇ ਟਾਵਰ ਹੈ ਤੇ ਤਿੰਨੇ ਕੰਮਾਂ ਦਾ ਜਾਇਜ਼ਾ ਹੋ ਗਿਆ ਥੋੜੇ ਜਿਨੇ ਟੈਂਡਰ ਹੋ ਜਨਾ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਕੁਝ ਤਾਂ ਹੁੰਦੀ ਹੋਈ ਜੇ ਵਧੀਆ ਕੰਮ ਹੋਵੇ ਕੋਈ ਹਮ ਇੰਨਾ ਹੀ ਬਹੁਤ ਹੈ ਚਲੋ ਇਹ ਆ ਤਾਂ ਗਏ ਪੁੱਛਣ ਆ ਤਾਂ ਹੀ ਪੁੱਛਿਆ ਨਹੀਂ ਕਿਸੇ ਨੇ ਹਮ ਬਿਲਕੁਲ ਤੇ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਪਹੁੰ ਪੂਰੀ ਟੀਮ ਦੇ ਨਾਲ ਤੁਸੀਂ ਆਇਓ ਤਾਂ ਐਮਐਲਏ ਵੱਲੋਂ ਜਿਹੜੀ ਤੁਹਾਡੀ ਡਿਊਟੀ ਲਗਾਈ ਗਈ ਕਿ ਜਾਈ ਜਾ ਲੋਸ ਤੋਂ ਬਾਅਦ ਟੈਂਡਰ ਪਾਇਆ ਜਾਏਗਾ ਤਾਂ ਲੋਕਾਂ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਮੁਸ਼ਕਲ ਸੀ ਜਿਹੜੀ ਸਰਕਾਰਾਂ ਹੁਣ ਤੱਕ ਨਹੀਂ ਕਰ ਸਕੀਆਂ ਤਾਂ ਹੁਣ ਹੋਣ ਜਾ ਰਿਹਾ ਤੁਹਾਡੇ ਵੱਲੋਂ ਜੀ ਜ਼ਰੂਰ ਕਰਾਂਗੇ ਹਮ ਅਨਮੋਲ ਜੀ ਨਾਲ ਸਾਡੀ ਡਿਊਟੀ ਲਈ ਹੈ ਪਰ ਇੱਕ ਗੱਲ ਹੈ ਤੇ ਜੀ ਦੇਖਣ ਲਈ ਇਹ ਤਿੰਨੇ ਸਮੱਸਿਆਵਾਂ ਨਾ ਮੇਜਰ ਹੈ ਹਮ ਹੌਲੀ ਹੌਲੀ ਮੇਜਰ ਸਮੱਸਿਆਵਾਂ ਹਮ ਹੁਣ ਮੇਰੇ ਫੋਨ ਦੀ ਰੇਂਜ ਨਹੀਂ ਹੈਗੀ ਹਮ ਘਰੇ ਕੋਈ ਪ੍ਰੋਬਲਮ ਹੈ ਜਾਂ ਕਿਸੇ ਰਿਸ਼ਤੇਦਾਰ ਨੂੰ ਮੈਨੂੰ ਫੋਨ ਮਾਰਦੇ ਹੋਣੇ ਧਾਨੇ ਪਿੰਡ ਵਾਲੇ ਵਾਸੀ 3 400 ਬੋਟਾ ਉਰੇ ਦੀ ਇਹਨਾਂ ਨੇ ਕਿ ਤੋਟ ਅੱਠ 10 ਕਿਲੋਮੀਟਰ ਅੱਗੇ ਜਾ ਕੇ ਗੱਲਬਾਤ ਕਰਦੇ ਆ ਕੋਈ ਦੁੱਖ ਸੁੱਖ ਬੋਲਦੇ ਆ ਧਾਨੇ ਜਿਹੜੇ ਰਹਿਣੇ ਵਾਲੇ ਆ ਔਰ ਲਾਨ ਤਾਂ ਉਹ ਸਰਕਾਰਾਂ ਤੇ ਜਿਨ੍ਹਾਂ ਨੇ ਪਿੰਡ ਦੀ ਸਾਰ ਨਹੀਂ ਲਈ ਹੈਗੀ ਅੱਜ 2022 ਚੱਲਦਾ ਜਦੋਂ ਪਾਣੀ ਆ ਜਾਂਦਾ ਤੁਹਾਨੂੰ ਪਤਾ ਪਹਾੜਾਂ ਦਾ ਪਾਣੀ ਚੱਲਿਆ ਆਉਂਦਾ ਹੈ ਅੱਧਾ ਪਿੰਡ ਐ ਇੱਧਰ ਰਹ ਜਾਂਦਾ ਅੱਧਾ ਉੱਧਰ ਰਹ ਜਾਂਦਾ ਤੇ 30 ਸਮੱਸਿਆ ਆ ਗਈ ਇਹਨਾਂ ਦੀ ਇਹਦੀ ਸੜਕ ਦੀ ਹੈ ਸੜਕ ਵੀ ਜ਼ਰੂਰੀ ਐ ਸੜਕ ਟੁੱਟਿਆ ਇਹ ਤਾਂ ਮੈਨੂੰ ਇੱਥੇ ਆ ਕੇ ਤਾਂ ਇਹ ਲੱਗਿਆ ਵੀ ਜਿੱਕਣਾ ਪੁਰਾਣਾ ਨਹੀਂ ਦਾਦੇ-ਪਰਦਾਦੇ ਨਾਲ ਟਾਈਮ ਵਾਲਾ ਹੱਲਿਆਂ ਦੇ ਟਾਈਮ ਵਾਲੇ ਪਿੰਡ ਆ ਠੀਕ ਐ ਨਾ ਆ ਲੰਬardar ਜੀ ਸਾਡੇ ਕਹਿੰਦੇ ਵੀ ਵੋਟਾਂ ਲੈਣੇ ਆ ਘਰ ਘਰ ਆ ਕੇ ਵੋਟਾਂ ਮੰਗਦੇ ਆ ਇਹ ਉਸ ਤੋਂ ਬਾਅਦ ਕੋਈ ਨਹੀਂ ਮਿਲਦਾ ਸ਼ਕਲ ਨਹੀਂ ਦਿਖਾਉਂਦੇ ਹੈਗੇ ਬਾੜਾ ਸਾਡੇ ਬੈਨੀਪਾਲ ਜੀ ਨੇ ਵੀ ਬੜਾ ਪ੍ਰਾਲਾ ਕੀਤਾ ਇਹਦੇ ਦਿਮਾਗ ਵਿੱਚ ਸਾਰਾ ਹੈ ਕਿ ਨਾ ਵੋਟਾਂ ਦੇ ਪਹਿਲਾਂ ਜਿਹੜੇ-ਜਿਹੜੇ ਪਿੰਡਾਂ ਨਾਲ ਸਮੱਸਿਆ ਸਾਨੂੰ ਦੱਸੀ ਸੀ ਲਾਗਦੇ ਦੋ ਪਿੰਡਾਂ ਦੀ ਸਮੱਸਿਆ ਜੀ ਨਪਟਾਤੀ ਹੁਣ ਇੱਥੋਂ ਸ਼ੁਰੂ ਕੀਤਾ ਹੈ ਅਸੀਂ ਚਾਹੁੰਨਾ ਉਹਨਾਂ ਦੇ ਟਾਈਮ ਵਿੱਚ ਇਹ ਨਹੀਂ ਹੈ ਵੀ ਹੁਣ ਅਸੀਂ ਸਰਵੇ ਕਰਕੇ ਵਰਕ ਸ਼ੁਰੂ ਕਰਾਉਣਾ ਦਲਵਿੰਦਰ ਜੀ ਨੇ ਦੱਸਿਆ ਵੀ ਨਾਲ ਦੀ ਨਾਲ ਅਸੀਂ ਮਹੀਨੇ 'ਚ ਇੱਕ ਦੋ ਵਾਰੀ ਗੇੜੇ ਵੀ ਮਾਰਨੇ ਵੀ ਕੰਮ ਕਿਵੇਂ ਚੱਲਦਾ ਹਾਂ ਜਦੋਂ ਪਿੰਡ ਵਾਲੇ ਕਹਿਣਗੇ ਵੀ ਹਾਂ ਸਹੀ ਆ ਸਾਡਾ ਕੰਮ ਹੋ ਗਿਆ ਫਿਰ ਅਸੀਂ ਆਪਾਂ ਇੱਥੋਂ ਜਾਵਾਂਗੇ ਇੱਥੇ ਨਾਲ ਦੀ ਨਾਲ ਸਾਡਾ ਆਉਣਾ ਜਾਣਾ ਲੱਗਿਆ ਰਹੂਗਾ ਤੇ ਆਪਾਂ ਨੂੰ ਵੀ ਚਾਹੀਦਾ ਜੇ ਮੈਂ ਇਹ ਪਿੰਡ ਦਾ ਵਾਸੀ ਹੁੰਦਾ ਬੰਦਾ ਕਹਿੰਦਾ ਵੀ ਯਾਰ ਇਹ ਨਾਲ ਸਾਨੂੰ ਹਿਮਾਚਲ 'ਚ ਰਲਾ ਦੋ ਕੋ ਸਾਨੂੰ ਉਹ ਤਾਂ ਦਉਗੇ ਇਹ ਪੰਜਾਬ ਦਾ ਮੇਰੇ ਖਿਆਲ ਲਾਸਟ ਪਿੰਡ ਹੈ 2-3 ਕਿਲੋਮੀਟਰ ਤੇ ਹਿਮਾਚਲ ਆ ਜਾਂਦਾ ਇਹ ਨਹੀਂ ਹੈ ਇਹ ਵੀ ਸਾਡੇ ਪੰਜਾਬ ਦਾ ਹਿੱਸਾ ਇਹਨਾਂ ਨੂੰ ਵੀ ਜੀਣ ਦਾ ਹੱਕ ਹੈ ਛੋਟੇ ਛੋਟੇ ਬੱਚੇ ਖੜੇ ਆ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕੀ ਨੈਟ ਤੇ ਕੀ ਐਕਟੀਵਿਟੀ ਚੱਲਦੀ ਹੈ ਦੁਨੀਆ ਦੀ ਇਹਨਾਂ ਨੂੰ ਕੀ ਪਤਾ ਹੈ ਨੈਟ ਜ਼ਰੂਰੀ ਹੈ ਇੱਥੇ ਟਾਵਰ ਦਾ ਵੀ ਇੰਤਜ਼ਾਮ ਕੀਤਾ ਜਾਊਗਾ ਤੇ ਆ ਪੁਲੀ ਦਾ ਤਾਂ ਇਹ ਮੈਂ ਐਸਡੀਐਮ ਸਾਹਿਬ ਨਾਲ ਜਾਂ ਮੈਡਮ ਲੈ ਆ ਕੇ ਅਸੀਂ ਸਰਵੇਖਰਾਮ ਅਗਰੇ ਸ਼ੁਰੂ ਕਰਾ ਦੇਣਾ ਜੀ ਅਸੀਂ ਠੀਕ ਹੈ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਹਮੇਸ਼ਾ ਇਹ ਦੱਸੇ ਕਿ ਸਰਕਾਰਾਂ ਬਹੁਤ ਬਣੀਆਂ ਨੇ ਬਹੁਤ ਐਮਐਲਏ ਬਣਾ ਕੇ ਇੱਥੋਂ ਭੇਜੇ ਨੇ ਪਰ ਅੱਜ ਤੱਕ ਕੋਈ ਮੁੜ ਕੇ ਪਿੰਡ ਦੀ ਸਾਰ ਲੈਣ ਨਹੀਂ ਆਇਆ ਤਾਂ ਇਹ ਪੁਲੀ ਦਾ ਜਿਹੜਾ ਕੰਮ ਸੀ ਕਾਫੀ ਲੰਬੇ ਸਮੇਂ ਤੋਂ ਸੀ ਤੇ ਦੂਜੇ ਪਾਸੇ ਦੱਸ ਦਿੰਦੇ ਆ ਕਿ ਟਾਪਰ ਦਾ ਜਿਹੜਾ ਕੰਮ ਸੀ ਉਹ ਵੀ ਤੇ ਨਾਲ ਸਾਡੇ ਜੈਂਟੀ ਜੀ ਜੈਂਟੀ ਕਿਵੇਂ ਦੇਖਦੇ ਹੋ ਕਿ ਅੱਜ ਸਰਵੇ ਕਰਨ ਤੁਸੀਂ ਆਏ ਹੋ ਜਾਇਜ਼ ਲੈਣ ਵਾਸਤੇ ਕਿਹੜਾ ਕਿਹੜਾ ਕੰਮ ਕਿੰਨੇ ਕ ਬਜਟ ਦੇ ਨਾਲ ਹੋਏਗਾ ਤਾਂ ਕਿਵੇਂ ਦੇਖਦੇ ਹੋ ਇਹਨਾਂ ਦੀ ਸਰਕਾਰਾਂ ਨੇ ਹੱਦ ਤੱਕ ਦੱਸਿਆ ਜਾ ਰਿਹਾ ਕੋਈ ਸਾਰ ਨਹੀਂ ਲਈ ਜਿੱਤਨ ਤੋਂ ਬਾਅਦ ਆਏ ਨਹੀਂ ਪਰ ਅੱਜ ਪਹਿਲੀ ਵਾਰ ਹੋਇਆ ਕਿ ਐਮਐਲਏ ਵੱਲੋਂ ਥੋੜੀ ਡਿਊਟੀ ਲਗਾ ਦਿੱਤੀ ਕਿ ਜਾਇਜ਼ ਲੈ ਕੇ ਆਓ ਤੱਕੀ ਮੈਂ ਦੇਖ ਦੂੰ ਪਿਛਲੇ ਦਿਨੀ ਅਸੀਂ ਐਮਐਲਏ ਕੋਲ ਗਏ ਤੇ ਅਮੋਰਗ ਅਗਰਮਾਨ ਜੀ ਜਿਹੜੇ ਆਪਣੇ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਤੇ ਉਹ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਜੈਜਾ ਲਓ ਤਾਂ ਕਿ ਆਪਾਂ ਉੱਚ ਦਗਹਾਰੀਆਂ ਨਾਲ ਗੱਲਬਾਤ ਕਰਕੇ ਪਹਿਲਾਂ ਪੁਲੀ ਲਵਾਈਏ ਬਰਸਾਤ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਟਾਵਰ ਤੇ ਨਾਲ ਦੀ ਨਾਲ ਫਿਰ ਜਿਵੇਂ ਆਪਣੇ ਨਿਸ਼ਾਨਦੇ ਯੋਗ ਹੈ ਤੇ ਆਪਣੇ ਸੜਕ ਦੀ ਸਾਰੀ ਸ਼ੁਰੂ ਹੋ ਜੂਗੀ ਤਾਂ ਕਿ ਇਹ ਪੰਜਾਬ ਦਾ ਹਿੱਸਾ ਹੈ ਜੋ ਹਿਮਾਚਲ ਵਿੱਚ ਇੰਡਸਟਰੀ ਲੱਗੀ ਹੋਈ ਹੈ ਉਹ ਆਪਣੇ ਉੱਥੇ ਕੰਮ ਕਰਾਂ ਤੇ ਜਾ ਸਕਣ ਇਹ ਜਿਹੜਾ ਪਿੰਡ ਹੈ ਇਹ ਹਿਮਾਚਲ ਦੇ ਸਰहद ਦੇ ਉੱਤੇ ਬਸਿਆ ਹੋਇਆ ਪੰਜਾਬ ਦੀ ਸਰਹੱਦ ਦੇ ਉੱਤੇ ਬਸਿਆ ਹੋਇਆ ਇਹਨਾਂ ਵੱਲ ਦੱਸਿਆ ਗਿਆ ਕਿ ਜਿਹੜਾ ਲਗਾਤਾਰ ਜਿਹੜਾ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਇਸ ਮੁਸ਼ਕਲਾਂ ਨੂੰ ਦੇਖਦੇ ਹੋਏ ਇਹਨਾਂ ਵੱਲ ਦੱਸਿਆ ਗਿਆ ਕਿ ਹੁਣ ਪਹਿਲੀ ਵਾਰ ਹੋਇਆ ਉਮੀਦ ਹੋਈ ਹੈ ਸਰਕਾਰ ਤੋਂ ਕਿ ਨਵੀਂ ਸਰਕਾਰ ਬਣੀ ਹੈ ਉਸ ਵੱਲੋਂ ਕਿਤੇ ਨਾ ਕਿਤੇ ਉਹਨਾਂ ਦੇ ਨਮਾਇंदे ਜਿਹੜੇ ਐਮਐਲਏ ਵੱਲੋਂ ਭੇਜੇ ਗਏ ਨੇ ਤਾਂ ਜਾਇਜਾ ਲੈਣ ਵਾਸਤੇ ਤਾਂ ਆਏ ਨੇ ਪਿੰਡ ਦੀ ਸਾਰ ਪੁੱਛਣ ਤਾਂ ਆਏ ਨੇ ਤਾਂ ਇਹ ਬਹੁਤ ਵੱਡੀਆਂ ਉਮੀਦਾਂ ਦੇ ਨਾਲ ਅੱਜ ਪਿੰਡ ਜੀ ਰਿਹਾ ਹੈ ਤਾਂ ਇਹਨਾਂ ਵੱਲ ਦੱਸਿਆ ਗਿਆ ਆਮ ਆਦੀ ਪਾਰਟੀ ਜਦੋਂ ਸਰਕਾਰ ਬਣੀ ਹੈ ਉਹਨਾਂ ਨੂੰ ਵੱਡੀਆਂ ਆਸਾਂ ਨੇ ਪਰ ਤਿੰਨ ਕੰਮ ਜਿਹੜੇ ਮੇਜਰ ਸੀ ਇਹਨਾਂ ਦੇ ਜਿਹੜੇ ਵੱਡੇ ਕੰਮ ਸੀ ਜਿਹੜੇ ਪੁਲੀ ਦਾ ਕੰਮ ਸੀ ਜਿਹੜਾ ਸੰਪਰਕ ਟੁੱਟ ਜਾਂਦਾ ਸੀ ਜਦੋਂ ਬਾਰਸ਼ ਹੁੰਦੀ ਸੀ ਪਾਣੀ ਨਦੀ ਦੇ ਆਉਣ ਕਾਰਨ ਬੱਚੇ ਇੱਧਰ ਤੇ ਉੱਧਰ ਰਹਿ ਜਾਂਦੇ ਸੀ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਨੈਟਵਰਕ ਦੀ ਵੱਡੀ ਪ੍ਰੋਬਲਮ ਸੀ ਟਾਬਰੀ ਸਪਿੰਡ ਦੇ ਵਿੱਚ ਨਹੀਂ ਸੀ ਤੇ ਨਾਲ ਜਿਹੜਾ 3 ਕਿਲੋਮੀਟਰ ਦਾ ਰਾਸਤਾ ਜਿਹੜਾ ਹਿਮਾਚਲ ਨੂੰ ਟੱਚ ਕਰੇਗਾ ਤਾਂ ਇਹਨਾਂ ਨੂੰ ਕਿਤਨੇ ਰੁਜ਼ਗਾਰ ਦੇ ਸਾਧਨ ਵੀ ਇੱਕ ਹਿਮਾਚਲ ਦੇ ਨਾਲ ਬਣੇਗਾ ਹਿਮਾਚਲ ਦੇ ਵਿੱਚ ਜਿਹੜੀਆਂ ਇੰਡਸਟਰੀ ਜ਼ਿਆਦਾ ਨਹੀਂ ਤਾਂ ਉੱਥੇ ਵੀ ਇਹਨਾਂ ਦੇ ਲੋਕ ਜਿਹੜੇ ਕੰਮ ਕਰਦੇ ਉਹਨਾਂ ਨੂੰ ਆਉਣ ਜਾਣ ਵਾਸਤੇ ਜਿਹੜੇ ਕੋਈ ਮੋਟਰ ਵਹੀਕਲ ਦਾ ਸਾਧਨ ਬਣੇਗਾ ਤਾਂ ਹੁਣ ਆਉਂਵਾਂ ਦਿਨਾਂ ਦੇ ਦੇਖਦੇ ਕਿ ਅੱਜ ਦੀ ਟੀਮ ਵੱਲੋਂ ਜਾਈ ਜਾ ਲਿਆ ਕਿੰਨੇ ਕ ਦਿਨਾਂ ਦੇ ਵਿੱਚ ਇਹ ਕੰਮ ਸ਼ੁਰੂ ਹੁੰਦਾ ਹੈ ਤੇ ਕਦੋਂ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਥ ਮਿਲਦਾ ਤੁਹਾਡੇ ਨਾਲ ਕੈਮਰਾਮੈਨ ਜਸਨ ਦੇ ਨਾਲ ਹਰਤੇ ਸਿੰਘ ਤੇਜੀ ਐਚ ਐਨ ਬੀ ਨਿਊਜ਼ ਨਿਚੋੜਿਕ